ਅਸਲਾਮ ਵਾਲੇਕਮ ਦੋਸਤੋ, ਅੱਜ ਨਾ ਵੀਰਾਂ ਲਈ ਜਿਹੜੀ ਨਾ ਨੂਰ ਸ਼ਾਹ ਦੇ ਇਲਾਕੇ ਦੀ ਝੋਟੀ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਲੋਕੇਸ਼ਨ ਸਾਡੀ ਗੈਂਬਰ ਮੰਡੀ, ਤਾਰੀਖ ਅੱਜ 31 ਪਹਿਲਾ ਮਹੀਨਾ 2024 ਅਤੇ ਸ਼ੁਰੂਆਤ ਹੈ। ਅਤੇ ਭਾਈ ਮੇਰੇ ਲੈ ਕੇ ਜਾਨਵਰ ਆਏ ਨੇ ਅਤੇ ਜਾਨਵਰਾਂ ਨੂੰ ਅਸੀਂ ਕਰਲਾਹ ਦੇ ਲੋਂਦੇ ਹੀ ਫਿਰਦੇ ਨੇ ਅਤੇ ਜਿਹੜੇ ਮੇਰੇ ਵੀਰ ਸ਼ੌਕ ਕਰਦੇ ਨੇ ਨਾ ਦੂਰ ਬੈਠੇ ਦੂਸਰੇ ਮੁਲਕਾਂ 'ਚ, ਉਹਨਾਂ ਦਾ ਸ਼ੌਕ ਪੂਰਾ ਕਰਾਉਣ ਲੱਗੇ ਹਾਂ। ਅਤੇ ਬਾਕੀ ਸਦਾ ਪਾਤਸ਼ਾਹ ਹੀ ਉਹ ਸੋਹਣੇ ਰੱਬ ਦੀ ਅਤੇ ਉਹਦਾ ਹੀ ਨਾਂ ਹੈ ਜਿਹਨੇ ਅਜੇ ਅਨਮੋਲ ਹੀਰੇ ਬਣਾਏ ਨੇ। ਅਤੇ ਜਿਹੜੇ ਸ਼ਿਕਾਰੀ ਨੇ ਅੱਲਾ ਮੇਰੇ ਦੇ ਹੁਕਮ ਨਾਲ, ਸਿਆਣੇ ਆਖਦੇ ਨੇ ਕਿ ਉੱਡਦੀ ਚਿੜੀ ਦੇ ਪਰ ਗਿਣ ਲੈਂਦੇ ਨੇ, ਅਤੇ ਆਹ ਪੂਰੇ ਨੇ ਝੋਟੀ ਦੇ ਕੋਲੇ। ਅਤੇ ਜਿਹੜੀਆਂ ਗੱਲਾਂ ਛੱਲਾਂ ਨੇ ਭਾਈ ਹੋਰਾਂ ਨਾਲ ਹੋਣਗੀਆਂ ਅਤੇ ਗੱਪਾਂ ਨੇ ਕੋਈ ਦਿਹਾੜੇ ਲੈਂਦੀ ਹੈ ਸੌਣ ਦੇ ਵਿੱਚ। ਅਤੇ ਜਿਹੜੀ ਚੀਜ਼ ਆਪਦੇ ਦਿਲ ਨੂੰ ਚੰਗੀ ਲੱਗਦੀ ਨਾ ਉਹ ਭਰਾਵਾਂ ਨੂੰ ਵਿਖਾਈਂਦੀ ਹੈ। ਬਕਾਇਆ ਜੀ ਕਿਆ ਬਾਤ ਹੈ, ਮਾਸ਼ਾਅੱਲਾ। ਇੱਥੇ ਜਿਹੜੀ ਨਾ ਇਹਦੀ ਸਾਰੀ ਬਨਾਵਟ ਵੇਖਣੀ ਹੈ, ਕਿਤਨੀ ਪਿਆਰੀ ਹੈ, ਕਿੰਨੀ ਇਹਦੀ ਖੂਬਸੂਰਤੀ ਹੈ। ਸ਼ਾਹ ਕਾਲੀ ਮੁਸ਼ਕਣ। ਅੱਜ ਦੀ ਵੀਡੀਓ 'ਚ ਤੁਹਾਨੂੰ ਜਿਹੜੇ ਨੇ ਇਨਸ਼ਾਅੱਲਾ ਤਾਲਾ 3-4 ਜਾਨਵਰ ਵਿਖਾਵਾਂਗੇ। ਅਤੇ ਜਿਹੜੇ ਮੇਰੇ ਵੀਰ ਮੇਰੇ ਨਾਲ ਜੁੜੇ ਨੇ ਜਾਂ ਮੇਰੇ ਚੈਨਲ ਨੂੰ ਫਾਲੋ ਕਰਦੇ ਨੇ, ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਨਾਲ ਸਲਾਮ ਕਹਿੰਦੇ ਹਾਂ। ਹੈ ਅਜੇ ਤੀਕਰ ਗੱਬਣ ਅਤੇ ਥੱਲੋਂ ਜਿਹੜਾ ਨਾ ਇੱਦਾਂ ਹੀ ਆ ਜਿਵੇਂ ਮਸ਼ਕਾਂ ਵਾਲਾ ਲਿਬਾਸ ਤਿਆਰ ਕਰ ਰਹੀ ਹੈ, ਇਵੇਂ ਗੱਲ ਵੀ ਰਿਹਾ। ਬਾਕੀ ਖੂਬਸੂਰਤੀ ਬੜੀ ਕਮਾਲ ਦੀ ਹੈ ਮਾਸ਼ਾਅੱਲਾ ਸਿਰ ਦੀ। ਇਹ ਸਾਡੇ ਨੂਰ ਸ਼ਾਹ ਦੀ ਜਿਹੜੀ ਮੱਝ ਹੈ ਨਾ, ਇਨਸ਼ਾਅੱਲਾ ਤਾਲਾ ਆਮ ਮੱਝਾਂ ਦੇ ਨਾਲ ਨਹੀਂ ਰਲਦੀ। ਜਿੱਥੇ ਵੀ ਖੜੋਤੀ ਹੋਵੇ ਨਾ ਇਹਦੀਆਂ ਵੰਡਾਂ, ਇਹਦੀਆਂ ਜਨਾਬ ਜਿਹੜੀ ਨਾ ਬਨਾਵਟ, ਇਹ ਮੇਰੇ ਮਾਲਕ ਨੇ ਜਿਹੜਾ ਇਹਨੂੰ ਮਾਸ਼ਾਅੱਲਾ ਥਾਣ ਲਾਇਆ ਨਾ, ਇਹ ਪੂਰੇ 1.5-1.5 ਫੁੱਟ 'ਤੇ। ਅਤੇ ਅੰਦਾਜ਼ਾ ਲਾਉਣਾ ਜੀ, ਕੋਈ ਥਣਾਂ ਦੇ ਵਿੱਚ ਅੱਜ ਤੱਕ ਤਾਰ ਤੂਰ ਕੋਈ ਨਹੀਂ ਹੈਗੀ। ਅਸੀਂ ਅਸੀਂ ਟੋਰੇ ਨਾ ਇਹਨੂੰ ਫੜ ਕੇ ਆਵੀਂ ਯਾਰ। ਥੱਲੋਂ ਜਿਹੜਾ ਲਿਬਾਸ, ਕਈ ਜ਼ਬਾਨਾਂ 'ਚ ਚੱਡਾ ਕਹਿੰਦੇ ਨੇ, ਕਈ ਵਾਨਾ ਕਹਿੰਦੇ ਨੇ, ਸੋਹਣਾ ਤਿਆਰ ਕਰਦੀ ਪਈ। ਸਿਰਫ ਬਹਿਣ ਉੱਠਣ ਦੀ ਵਜ੍ਹਾ ਤੋਂ ਨਾ ਥੋੜ੍ਹਾ ਜਿਹਾ ਕਦੀ ਇੱਧਰ ਨੂੰ ਕਰ ਲੈਂਦੀ, ਕਦੀ ਇੱਧਰ ਨੂੰ, ਇਵੇਂ ਨਾ ਵੀਰੇ ਉਵੇਂ ਬਿਲਕੁਲ ਸਾਵੇਂ ਥੱਲੋਂ ਮਾਸ਼ਾਅੱਲਾ। ਯਾਰ ਰਾਜੀ ਹਾਂ ਤੇਰੇ ਤੋਂ, ਇਹ ਕੰਨ ਤੋਂ ਫੜ ਕੇ ਲੈ ਜਾਂਦਾ ਜਿੱਧਰ ਲਿਜਾਣੀ ਹੋਵੇ। ਅੱਛਾ, ਇਹ ਜਨਾਬ ਛੇੜਦੀਆਂ ਮੱਝਾਂ ਨੇ ਕਰਮਾਂ ਵਾਲੀਆਂ, ਇਹਨਾਂ ਨੂੰ ਜਿੱਧਰ ਮਰਜ਼ੀ ਐਵੇਂ ਹੀ ਗੇੜਾ ਦੇਖ ਰਹੀ ਨੂੰ ਲਿਆਣੀ ਹੈ। ਮਾਸ਼ਾਅੱਲਾ ਜੀ, ਕਮਾਲ ਤਾਂ ਇਹਦੇ ਕੋਲ ਉਸਨ ਹੈ। ਇਹ ਲੈ ਚੱਲ ਉੱਥੇ ਖੁਰਲੀ ਦੇ, ਹੁਣ ਨਿਆਜ਼ ਤਾਂ ਭੱਜ ਗਿਆ, ਗੱਲ ਤਾਂ ਤੈਨੂੰ ਹੀ ਕਰਨੀ ਪੈਣੀ ਹੈ। ਹੈਂ ਨਿਆਜ਼ ਭਾਈ, ਕੋਈ ਨਹੀਂ ਰੌਲਾ, ਆ ਜਾ ਤੂੰ ਤੂੰ ਇਹ ਕੈਮਰੇ ਦੇ ਵਿੱਚ ਨਾ ਟੈਨਸ਼ਨ ਲੈ। ਜਿਹੜੀ ਗੱਲ ਹੈ ਤੂੰ ਦੱਸਣੀ ਵੀ ਕੀ ਹਿਸਾਬ ਕਿਤਾਬ ਹੈ, ਕਿੰਨਵਾਂ ਸੂਆ ਇਹਨੇ ਸੁਣਿਆ, ਆਪਾਂ ਇਹੀ ਪੁੱਛਣੀਆਂ ਨੇ ਗੱਲਾਂ। ਇੱਥੇ ਆ ਜਾਓ, ਉੱਥੇ ਖੁਰਲੀ ਦੇ ਕੋਲ ਹੀ ਤੁਹਾਡੇ ਨਾਲ ਗੱਲਬਾਤ ਕਰੀਏ ਜਿਹੜੀ ਵੀ ਹੈ। ਬਟਨ ਵੀ ਕੀ ਸਾਦੇ ਜੀ ਇਹਨੂੰ, ਬਟਨ ਇਹ ਖੂਬਸੂਰਤੀ ਹੈ। ਅੱਛਾ, ਆਪਣਾ ਭਾਈ ਥੋੜ੍ਹਾ ਪਿੱਛੇ ਨੂੰ ਮੋੜ ਸੁਣੋ, ਇੱਧਰ ਹੀ ਐਵੇਂ ਖੁਰਲੀ ਵੱਲੇ ਹੀ ਕਰਦੇ, ਉੱਥੇ ਜਾਣ ਦੇ ਉਸੇ ਖੁਰਲੀ ਦੇ ਜੇ ਪੱਠੇ ਖਾਂਦੀ ਹੈ ਤਾਂ। ਹਾਂਜੀ, ਅਸਲਾਮ ਵਾਲੇਕੁਮ ਭਾਈ ਨਿਆਜ਼। ਕੀ ਹਾਲ ਚਾਲ ਨੇ, ਕੈਸੀ ਤਬੀਅਤ ਹੈ? ਅੱਛਾ, ਇਹ ਆਪਣਾ ਕਿਹੜਾ ਇਲਾਕਾ ਹੈ ਸਭ ਤੋਂ ਪਹਿਲੇ ਤਾਂ ਤੁਸੀਂ ਇਹ ਦੱਸੋ। ਨੂਰ ਸ਼ਾਹ ਹੈ, ਜੈਨਵਨ ਨੂਰ ਸ਼ਾਹ ਹੈ ਤੇ ਝੋਟੀ ਵੀ ਨੂਰ ਸ਼ਾਹ ਦੀ। ਫਿਰ ਕਿੰਨਵਾਂ ਸੂਬਾ ਇਹਨੇ ਸੁਣਿਆ ਇਸ ਟਾਈਮ? ਦੂਸਰਾ ਤੇ ਇਸ ਟਾਈਮ ਹੈਗੀ ਹੈ ਗੱਬਣ ਹੈ, ਤੇ ਜੇ ਅਗਰ ਕੋਈ ਬੰਦਾ ਗੱਬਣ ਲਵੇ ਤੇ ਕੀ ਆਪਣੇ ਥਣਾ ਥੁਣਾ ਦੀ ਇਹਦੀ ਗਰੰਟੀ? ਤੇ ਕੀ ਪਹਿਲਣ ਦਾ ਕੀ ਕੋਈ ਰਿਕਾਰਡ ਰਿਕੂਡ ਹੈ? ਯਾਰ ਮੇਰੇ ਵੱਲੇ ਤਾਂ ਦੇਖ ਲਾ, 12 ਲੱਖ ਰੁਪਿਆ ਤਾਂ ਬੜਾ ਵੱਡਾ। ਅੱਛਾ,
ਲਓ ਜੀ ਮੈਂ ਭਾਈ ਨਿਆਜ਼ ਨੂੰ ਕਿਹਾ ਮੇਰੇ ਵੱਲੇ ਦੇਖ, ਉਹ ਕਹਿੰਦਾ ਮੱਝ ਵੱਲੇ ਦੇਖ, ਤੇ ਫਿਰ ਜਿਹੜਾ ਨਾ ਨਹੀਂ ਲੱਭੂਗੀ। ਅੱਛਾ ਨਹੀਂ ਤੇ ਹੁਣ ਕੀ ਆਪਾਂ 12 ਲੱਖ ਰੁਪਇਆ ਤੇ ਡਿਮਾਂਡ ਕੀਤੀ ਵੇਚਣੀ ਕਿੰਨੇ ਦੀ? ਨਾ ਯਾਰ ਏਦਾਂ ਨਾ ਕਰ, ਕੋਈ ਮੁਹੱਬਤ ਕਰ ਹੈ ਜਦੋਂ 11 ਲੱਖ ਰੁਪਇਆ ਫਾਈਨਲ ਹੈ ਕਿ ਕੋਈ ਕਰੇਗਾ ਹੋਰ ਇਹਦੇ 'ਚ ਮੁਹੱਬਤ? ਜਾ ਰਾਜੀ ਹਾਂ ਤੇਰੇ ਤੇ। ਲਓ ਜੀ ਭਾਈ ਨਿਆਜ਼ ਦੀ ਨੂਰਸ਼ਾਹ ਦੇ ਇਲਾਕੇ ਦੀ ਜਿਹੜੀ ਨਾ ਦੂਜਣ ਝੋਟੀ ਦੀ ਤੁਹਾਨੂੰ ਵੀਡੀਓ ਵਿਖਾਈ ਹੈ, ਤੇ ਡਿਮਾਂਡ ਮਾਲਕ ਨੇ ਜਨਾਬ 12 ਲੱਖ ਰੁਪਇਆ ਕੀਤੀ ਹੈ ਤੇ ਕਹਿੰਦਾ 11 ਇਨਸ਼ਾਅੱਲਾ ਤਾਲਾ ਹੋਰ ਵੀ ਪਿਆਰ ਮੁਹੱਬਤ ਹੋ ਜਾਏਗਾ। ਬਾਕੀ 11 ਵੀ ਬੜੀ ਪਿਆਰੀ ਝੋਟੀ, ਇਹ ਕਿਨਵਾ ਸੁਬਾ ਸੂਈ ਯਾਰ, ਇਹਨੂੰ ਵੀ ਖੋਲ੍ਹ ਲੈਣਾ ਵਿਖਾਈਏ ਤਾਂ ਸਹੀ ਹੈ। ਤਾਂ ਨੂਰਸ਼ਾਹ ਦੀਆਂ ਜਿਹੜੀਆਂ ਨਾ ਮੱਝਾਂ ਹੈ ਤਾਂ ਲਿਬੜੀ ਤਿਬੜੀ, ਪਰ ਨਾ ਝੋਟੀ ਦੇ ਨਾ ਕੰਮ ਚੰਗੇ ਨੇ, ਅਸੀਂ ਸਿੱਧੀ ਪਰਾਂ ਨੂੰ ਜਾਣਦਾ ਜੀ, ਪਰਾਂ ਨੂੰ। ਅੱਛਾ ਉਹ ਆਹੋ ਸਰਦੀ ਪੈਂਦੀ ਫਿਰ ਇੱਦਾਂ ਤਰ੍ਹਾਂ, ਪਰ ਅੱਲਾ ਕੀਤਾ ਅੱਜ ਤਾਂ ਜਿਹੜਾ ਨਾ ਮੌਸਮ ਨਿਕਲਿਆ ਮਾਸ਼ਾਅੱਲਾ ਸਾਫ਼ ਹੈ, ਸੂਰਜ ਨਿਕਲਿਆ ਹੋਇਆ ਥੱਲੋਂ ਜਨਾਬ, ਇਹਨੇ ਵੀ ਮੈਦਾਨ ਹੀ ਮਾਰੇ ਨੇ, ਪੂਰੀ ਗਿੜ ਗਿੜ ਕੇ ਟੁਰਦੀ ਝੋਟੀ ਹੈ। ਇਹ ਕਿਨਵਾ ਸੁਬਾ ਸੂਈ ਨਿਆਜ਼ ਭਾਈ, ਛੱਡ ਦਿਓ ਜਾਣ ਦਿਓ ਖੁਰਲੀ 'ਤੇ, ਜਾ ਰਾਜ਼ੀ ਹਾਂ ਤੇਰੇ 'ਤੇ। ਇਹਦੇ ਕੋਲ ਬੱਚਾ ਕੀ ਆ? ਕੱਟਾ। ਅੱਛਾ ਉਹ ਕੜੇ ਪਾਏ ਨੇ, ਉਹਦੀ ਵਜ੍ਹਾ ਤੋਂ ਥੋੜ੍ਹਾ ਜਿਹਾ ਟੁਰਨ ਤੋਂ ਕਰਦੀ ਹੈ ਨਾ ਭਾਈ ਨਿਆਜ਼। ਇਹ ਕਿੰਨੇ ਦਿਨ ਹੋ ਗਏ ਰਸੋਈ ਨੂੰ? ਕੱਲ੍ਹ ਸ਼ਾਮੀ ਅੱਗੇ ਹੀ ਕੱਟਾ ਪਿਆ ਵੇਖਣ ਦਿਓ ਕੱਟਾ। ਇਹ ਜਨਾਬ ਇਹਦੇ ਕੋਲ ਕੱਟਾ ਹੈ ਤੇ ਭਾਈ ਨਿਆਜ਼ ਕੋਲ ਹੋਣੇ ਦਾ ਰੇਟ ਇਹਦਾ, ਇਹਦੇ ਕੋਲ ਕਿੰਨਾ ਕੁ ਹੋਣਾ ਬੋਲਾ? 12 ਕਿਲੋ ਹੈਗਾ। ਇਹਦਾ ਕੀ ਲੇਖਾ ਕਰਦੇ ਜੀ? 6.5 ਲੱਖ ਰੁਪਈਆ। ਯਾਰ ਨਿਆਜ਼ ਬੜੇ ਬੜੇ ਮੁੱਲ ਕਰਨਾ ਹੈ। ਅੱਛਾ ਜ਼ਿੰਦਾਬਾਦ, ਚਲੋ ਬੰਨੋ ਸੋ। ਨਹੀਂ ਹੁਣ 6.5 ਲੱਖ ਰੁਪਇਆ ਤਾਂ ਡਿਮਾਂਡ ਕੀਤੀ ਨੇ ਵੇਚਣੀ ਜਿਹੜੀ, ਉਹ ਕੋਈ ਗੱਲ ਦੱਸਿਆ ਕਰ ਹੈ, ਕੀ ਪਿਆਰ ਮੁਹੱਬਤ ਕਰੇਗਾ? 6 ਲੱਖ ਰੁਪਏ ਦੀ। ਬਾਕੀ ਚਵਾਈ ਚੁਈ ਚੰਗੀ? ਮਾਸ਼ਾਅੱਲਾ ਜੀ। ਲਓ ਜੀ 6 ਲੱਖ ਰੁਪਇਆ ਇਸ ਝੋਟੀ ਦਾ ਜੇ ਫਾਈਨਲ, ਇਨਸ਼ਾਅੱਲਾ ਜਿਹੜੇ ਤੁਹਾਨੂੰ ਰੇਟ ਕਰਾਏ ਨੇ ਨਾ ਇਹ ਬੜੇ ਮੁਨਾਸਬ ਨੇ, ਇੱਦਾਂ ਹੀ ਹੈ। ਹਾਂਜੀ ਭਾਈ ਨਿਆਜ਼, ਹੁਣ ਜਿਹੜੇ ਮੁੱਲ ਕੀਤੇ ਨੇ ਮੁੱਲ ਭਾਈ ਆ ਨਾ ਬਾਹਰੋਂ ਲੱਭਦੀ ਕੋਈ ਸ਼ਾਇਰ ਪਈ ਬਾਹਰ ਦੇ ਵਿੱਚ। ਅੱਛਾ ਮੁੱਲ ਬਾਹਰ ਵੀ ਬੜੇ ਪੈਂਦੇ ਆ, ਬਾਹਰ ਦੇ ਮੁੱਲ ਹੀ ਮਾਰਦੇ। ਅੱਛਾ ਨਹੀਂ ਜੇ ਕੋ ਆਏਗਾ ਜਿਵੇਂ ਕੋ ਭਰਾ ਕਹੂਗਾ ਕਰ ਲਾਂਗੇ ਜੇ ਜ਼ਾਇਰ ਕਿਸੇ ਨੇ ਮੁਨਾਸਬ ਗੱਲ ਕੀਤੀ। ਜਾ ਰਾਜੀ ਆ ਤੇਰੇ ਤੇ, ਜਾ ਮਾਸ਼ਾਅੱਲਾ। ਮੱਝਾਂ ਚੰਗੀਆਂ ਜੀ, ਖਾਸ ਨੂਰਸ਼ਾਹ ਦੀ ਜੁੜੀਆਂ ਮੱਝਾਂ। ਨਹੀਂ ਨਹੀਂ ਲਓ ਜੀ ਇਸ ਨਾਲ ਹੀ ਆਪਣੇ ਮੇਜ਼ਬਾਨ ਰਾਏ ਸਾਕਬ ਅਲੀ ਨੂੰ ਇਜਾਜ਼ਤ ਦਿਓ, ਇੱਕ ਲਾਜਵਾਬ ਵੀਡੀਓ ਨਾਲ ਹਾਜ਼ਰ ਹੋਵਾਂਗੇ। ਪਾਕਿਸਤਾਨ ਜ਼ਿੰਦਾਬਾਦ ਅਤੇ ਨੂਰਸ਼ਾਹ ਦਾ ਇਲਾਕਾ ਵੀ ਜ਼ਿੰਦਾਬਾਦ ਜੀ। ਇਹ ਜਨਾਬ ਫਿਰ ਇੱਕ ਵਾਰੀ ਤਸੱਲੀ ਕਰਾ ਦਿੰਦੇ ਹਾਂ, ਇਹ ਪਹਿਲੇ ਨੰਬਰ 'ਤੇ ਗੱਭਣ ਝੋਟੀ ਅਤੇ ਥੱਲੋਂ ਜਿਹੜੇ ਨਾ ਸੋਹਣੇ ਕੰਮ ਨੇ, ਇਸ ਨਾਲ ਹੀ ਇਜਾਜ਼ਤ ਲੈਂਦੇ ਹਾਂ, ਫਿਰ ਇੱਕ ਲਾਜਵਾਬ ਵੀਡੀਓ ਨਾਲ ਹਾਜ਼ਰ ਹੋਵਾਂਗੇ। ਪਾਕਿਸਤਾਨ ਜ਼ਿੰਦਾਬਾਦ ਜੀ।